ਇਹੋ ਦਿਨ ਚੱਲਦੇ ਨੇ ਜਿਹਨਾਂ ਦਿਨਾਂ ਵਿੱਚ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਵਿਛੜਿਆ। ਹੁਣ ਵੇਖੋ ਇਹ ਜਿਹੜਾ ਸਮਾਂ, ਇਹ ਜਿਹੜੀਆਂ ਰਾਤਾਂ ਨੇ, ਇਹ ਜਿਹੜੇ ਦਿਨ ਚੱਲਦੇ ਨੇ, ਇਹਨਾਂ ਦਿਨਾਂ ਨੂੰ ਅਸੀਂ ਮਹਿਸੂਸ ਕਰਨਾ ਹੈ ਵੀ ਹੁਣ ਤਾਂ ਚਲੋ ਫੈਕਟਰੀਆਂ ਲੱਗ ਗਈਆਂ, ਕੈਮੀਕਲ ਆ ਗਿਆ, ਪ੍ਰਦੂਸ਼ਣ ਹੋ ਗਿਆ ਬਹੁਤ, ਹੁਣ ਤਾਂ ਠੰਡ ਹੈ ਨਹੀਂ ਉਹ, ਪਰ ਅੱਜ ਤੋਂ 20-30 ਸਾਲ ਪਹਿਲਾਂ ਜਿਹੜੇ ਪੁਰਾਣੇ ਬਜ਼ੁਰਗ ਤੁਹਾਡੇ 'ਚ ਬੈਠੇ ਨੇ, ਬਜ਼ੁਰਗ ਦੱਸਦੇ ਨੇ, ਕਹਿੰਦੇ ਭਾਈ ਅੱਜ ਤੋਂ 20-30 ਸਾਲ ਪਹਿਲਾਂ ਪਿੰਡਾਂ 'ਚ ਜਿਹੜੇ ਛੱਪੜ ਹੁੰਦੇ ਨੇ ਨਾ, ਟੋਬੇ, ਜਦੋਂ ਪੋਹ ਮਾਘ ਦਾ ਮਹੀਨਾ ਆਉਂਦਾ ਸੀ ਤੇ ਉਹਨਾਂ 'ਚ ਬਰਫ਼ ਜੰਮ ਜਾਂਦੀ ਹੁੰਦੀ ਸੀ, ਇੰਨੀ ਠੰਡ ਹੁੰਦੀ ਸੀ ਛੱਪੜਾਂ 'ਚ, ਟੋਬਿਆਂ 'ਚ ਪਾਣੀ ਜੰਮ ਜਾਂਦਾ ਸੀ। ਇਹ ਤਾਂ 30 ਸਾਲ ਦੀ ਗੱਲ ਹੈ। ਉਹ ਗੁਰਮੁਖੋ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹ ਤਾਂ ਸਮਾਂ 250 ਸਾਲ ਪਹਿਲਾਂ, ਇੱਕ ਇੱਕ ਰਾਤ ਗੁਰੂ ਗੋਬਿੰਦ ਸਿੰਘ ਨੇ ਕਿਵੇਂ ਕੱਢੀ ਹੋਏਗੀ। ਬਾਬਾ ਬੁੱਲੇ ਸ਼ਾਹ ਲਿਖਦਾ ਕਿ ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ। ਇਹ ਦੇਸ਼ ਦੇਸ਼ ਨਾ ਹੁੰਦਾ ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ। ਇਹ ਗੁਰੂ ਗੋਬਿੰਦ ਸਿੰਘ ਦੇ ਕਰਕੇ ਅਸੀਂ ਬੈਠੇ। ਸਰਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਦੀਆਂ ਜਾਨਾਂ ਤੋਂ ਪਿਆਰੇ ਸਿੰਘਾਂ ਦੀਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਵਾਸਤੇ ਆਪਾਂ ਇੱਥੇ ਸਾਰੇ ਇਕੱਤਰ ਹੋਏ ਹਾਂ ਅਤੇ ਗੁਰਮੁਖੋ ਲਾਹਾ ਲੈਣ ਦੀ ਗੱਲ ਕਰਨੀ। ਅੱਜ ਦੇ ਸਮੇਂ ਅੰਦਰ ਜੇ ਪੜ੍ਹਨ ਵਾਲਿਆਂ ਦੀ ਘਾਟ ਨਹੀਂ ਤੇ ਪੜ੍ਹਾਉਣ ਵਾਲਿਆਂ ਦੀ ਵੀ ਘਾਟ ਨਹੀਂ, ਬੜੇ ਪੜ੍ਹਾਉਣ ਵਾਲੇ ਵੀ ਨੇ ਤੇ ਬੜੇ ਪੜ੍ਹਨ ਵਾਲੇ ਵੀ ਬੜੇ। ਅੱਜ ਦੇ ਸਮੇਂ ਅੰਦਰ ਜੇ ਸੁਣਨ ਵਾਲਿਆਂ ਦੀ ਘਾਟ ਨਹੀਂ ਤੇ ਸੁਣਾਉਣ ਵਾਲਿਆਂ ਦੀ ਵੀ ਘਾਟ ਨਹੀਂ, ਕੋਈ ਘਾਟ ਨਹੀਂ, ਮੇਰੇ ਵਰਗੇ ਸੁਣਾਉਣ ਵਾਲੇ ਵੀ ਬਹੁਤ। ਨਾ ਪੜ੍ਹਨ ਵਾਲਿਆਂ ਦੀ ਘਾਟ ਤੇ ਨਾ ਪੜ੍ਹਾਉਣ ਵਾਲਿਆਂ ਦੀ, ਤੇ ਜੇ ਘਾਟ ਹੈ ਉਹ ਹੈ ਮੰਨਣ ਵਾਲਿਆਂ ਦੀ। ਸੁਣ ਕੇ ਮੰਨਦਾ ਕੋਈ ਵਿਰਲਾ ਵਿਰਲਾ ਹੈ, ਮੇਰੇ ਸਮੇਤ। ਉਹ ਗੁਰਮੁਖੋ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ, 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 ਉਹ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ, ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ, ਭਾਈ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ, 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 ਭਾਈ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ, ਛੱਡ ਕੇ ਸਭ ਸਲਾਹਾਂ ਗੁਰਾਂ ਦੀ ਗੱਲ ਮੰਨੀਏ। ਅਸੀਂ ਮਹਾਰਾਜ ਦਾ ਬਚਨ ਕਮਾਉਣਾ ਹੈ, ਸ਼ਹੀਦੀ ਦਿਹਾੜੇ ਮਨਾਉਂਦਿਆਂ ਨੂੰ ਸਮਾਂ ਕਿੰਨਾ ਲੰਘ ਗਿਆ, ਗੁਰਪੁਰਬ ਮਨਾਉਂਦਿਆਂ ਨੂੰ ਸਮਾਂ ਕਿੰਨਾ ਲੰਘ ਗਿਆ, ਤੁਹਾਡੇ 'ਚ ਬਹੁਤ ਸੰਗਤਾਂ ਬੈਠੀਆਂ, ਪੁੱਛ ਲਓ ਕਿਸੇ ਨੂੰ ਕਿੰਨਾ ਸਮਾਂ ਹੋ ਗਿਆ। ਮੈਨੂੰ ਤਾਂ ਗੁਰਦੁਆਰੇ ਆਉਂਦੇ ਨੂੰ 20 ਸਾਲ ਹੋ ਗਏ, ਮੈਨੂੰ ਤਾਂ ਜੀ 10 ਸਾਲ ਹੋ ਗਏ, ਮੈਨੂੰ ਤਾਂ ਆਨੰਦਪੁਰ ਸਾਹਿਬ ਜਾਂਦੇ ਨੂੰ ਵੀ 20 ਸਾਲ ਹੋ ਗਏ, ਤੇਰਾ ਆਨੰਦਪੁਰ ਸਾਹਿਬ ਜਾਇਆ ਕੀ ਗੁਰੂ ਜੀ ਅੰਮ੍ਰਿਤ ਨਹੀਂ ਛਕਿਆ। ਇਹ ਚੇਤੇ ਰੱਖਿਓ, ਜਿਹੜੇ ਬੰਦੇ 10-10, 20-20 ਸਾਲ ਗੁਰਦੁਆਰਿਆਂ 'ਚ ਜਾਂਦਿਆਂ ਨੂੰ ਹੋ ਗਏ, 20-20 ਸਾਲ ਹੋ ਗਏ ਕਥਾ ਕੀਰਤਨ ਸੁਣਦਿਆਂ ਨੂੰ, ਗੁਰਮੁਖੋ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਖੜੇ ਸੀ ਉੱਥੇ ਅੱਜ ਖੜੇ ਨੇ। ਆਪੋ ਆਪਣੇ ਮਨਾਂ 'ਚ ਸਾਰੇ ਝਾਤੀ ਮਾਰ ਕੇ ਵੇਖਿਓ, ਜਦੋਂ ਰਜਾਈਆਂ ਦਾ ਨਿੱਘ ਮਾਣਦੇ ਆ ਨਾ, ਕਦੇ ਕਿਹਾ ਸਵੇਰੇ ਉੱਠ ਕੇ ਵੀ ਧੰਨ ਨਿਕਲ ਗਈਆਂ ਵਾਲਿਆ, ਸਾਡੇ ਵਾਸਤੇ 4 ਪੁੱਤਰ ਵਾਲੇ। ਸਰਸੰਗ ਜੀ, ਇਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਪੂ, ਸਾਡਾ ਸੁਭਾਅ ਹੈ ਕੋਈ ਕਿਸੇ ਤੋਂ ਆਪਣੀ ਜਾਨ ਕੁਰਬਾਨ ਤਾਂ ਕਰਦਾ ਹੈ ਜੇ ਸਾਡਾ ਕਿਸੇ ਨਾਲ ਡਾਢਾ ਪਿਆਰ ਹੋਵੇ, ਤਾਂ ਜਾਨ ਕੁਰਬਾਨ ਕਰਦਾ ਹੈ। ਜਿਹਦੇ ਨਾਲ ਸਾਡਾ ਪਿਆਰ ਨਹੀਂ, ਭਾਵੇਂ ਸਾਡੇ ਸਾਹਮਣੇ ਬੈਠਾ ਤੜਫ ਤੜਫ ਕੇ ਮਰੀ ਜੇ, ਸਾਨੂੰ ਨਹੀਂ ਕੋਈ ਫਿਕਰ, ਸਾਨੂੰ ਕੋਈ ਪਰਵਾਹ ਨਹੀਂ। ਜਿਹਦੇ ਨਾਲ ਸਾਡਾ ਪਿਆਰ ਹੈ, ਆਪਾਂ ਕਹਿੰਦੇ ਹਾਂ ਯਾਰ ਇਹਨੂੰ ਹਵਾ ਤੱਤੀ ਹਵਾ ਵੀ ਨਾ ਲੱਗੇ,
तत्ती वाह भी ना लगे जे उन्दे ते कोई मुसीबत बन जाए आप कुरबान होने ले जाने हैं ते चेते रखियो कुरबान हमेशा उन्दे तो होया जाता है जेड़ा सानू डाढ़ा प्यार करे ते मैं कई बार सोचता हूं ना भी कलगियां वाले अपने खालसे नू अपने सिंघा नू कितना प्यार गुरु गोबिंद सिंह ने किया होगा कलगीधर महाराज नू कितना प्यार कलगीधर ने किया होगा तेरे पिछे भाई मनी सिंह जी ने बंद बंद कटवाया बाबा बंदा सिंह बहादुर गुरमुखो बाबा बंदा सिंह बहादुर तेरे पिछे अपने पुत्र का दिल कट के मुंह च पवा गया सुबेक सिंह सहबाज सिंह चरखड़ी ते चढ़ गए भाई तारू सिंह वर्गियां रूहां खोपर लहा गईयां धन बाबा दीप सिंह जी महाराज शीस तली ते धर के लड़ पए कलगियां वालिया किन्ना प्यार करदा होएगा सिख इतिहास की तवारीख चुक लो इतिहास पढ़ लो तवारीख चुक लो जिथे किते तुहानू बाबा बंदा सिंह बहादुर अपने पुत्र का दिल कट के मूह च पवाउंदा नजर आउंदा है जिथे किते सुबेक सिंह सहबाज सिंह चरखड़ी ते चढ़िया नजर आउंदा है जिथे किते भाई तारू सिंह अपना खोपर लवाउंदा नजर आउंदा है बाबा दीप सिंह जी सीस तली ते धर के लड़दे नजर आउंदे ने ओ गुरमुखो सिख इतिहास की तवारीख विच एक भी इतिहास के पन्ने च तुहानू ए नहीं पढ़न नू मिलेगा किते भी किसे सिंह नू शहीद करन लगे होण सजा देण लगे होण ओ कहिंदा होवे भी मैं डर गया मैं डोल गया मैं धर्म छड्डण लई तैयार हाँ एक भी सिख नहीं मिलेगा इतिहास है साडा सार संगत किसे तो कुरबान तां होया जांदा है जिंदा साडे नाल प्यार होएगा गुरु गोबिंद सिंह महाराज चेते रखियो दुनिया के लोग ने कोई वरत के छड्ड दिंदा है दुनिया के लोग ने कोई सानू सार संगत जी धोखा दे गया कोई माया पिछे धोखा दे गया कोई मजबूरी पिछे धोखा दे गया किसे पिछे जिन्ना मर्जी टाइम खराब करो हो सकता है क्योंकि सुभाविक जी गल है किसे बंदे दे तुसी 100 वारी काम आए हो किसे बंदे नू तुसी 100 वारी पैसे दिते हो एक वारी कह दो भी नहीं भरावा हुण नहीं सरदा अगला की कहना फिर कोई नहीं भरावा समा याद रखांगे यही कहना ये दुनिया के लोग ने पर जेड़े बापू की याद में बैठे हो जिन्हां शहीदां जिन्हां मरीदां की याद में बैठे हो दुनिया तो वरतदी मतलब वास्ते लोग वरतदे ने मतलब वास्ते पर कलगीधर गुरु गोबिंद सिंह मतलब वास्ते नहीं वरतदे ये तो दुनिया का सवाल हो कोई अपना बनाया नहीं बनता ये हालात ने अज गुरु गोबिंद सिंह महाराज नू तेरे नाल मतलब नहीं